ਕਰ ਹੀ ਨਹੀਂ ਸੀ ਰਹੇ। ਚਲੋ ਇੱਕ ਬੰਗੇ ਨੇ ਇਹਨੂੰ ਪੁੱਛਿਆ ਘੰਟਾ ਘਰ ਕਿੱਥੇ, ਕਹਿੰਦਾ ਉੱਥੇ ਹੀ ਆ, ਉਹ ਕਿਹਾ ਕੰਮ ਤੇ ਜਾਂਗਾ। ਅੱਗੇ ਅੱਗੇ ਕਚਹਿਰੀ ਵੀ ਆਏ ਵਗੇ ਕੇ ਸਾਹਮਣੇ ਘੰਟਾ ਘਰ, ਚੰਗੇ ਉਹ ਵੀ ਆਏ ਵਗੇ ਕੇ ਸਾਹਮਣੇ ਘੰਟਾ ਘਰ, ਅੱਗੇ ਭਾਈ ਕੱਟਾ ਖੋਲ ਕੇ ਕਹਿੰਦਾ ਨਕਸ਼ੇ ਤੂੰ ਘੁਮਾਉਂਦੇ ਆ। ਚਲੋ ਚੱਲ ਚੱਲ, ਇਹ ਨਾਦਰੀ ਨਾਲ ਚਾਰਜ ਹੁੰਦਾ ਇਸ ਤਰ੍ਹਾਂ, ਇਹ ਚਾਰਜ ਹੁੰਦਾ, ਇਹਦੀ ਆਪਣੇ ਆਪ ਨਾਲ ਲੜਾਈ ਹੋ ਪੈਂਦੀ। ਚੱਲ ਲੈਟਾਂ ਵੀ ਛੁਰੀ ਹੁੰਦੀ, ਲੈਟਾਂ ਵਾਲੀ ਛੁਰੀ, ਇਹਦਾ ਮੂੰਹ ਦੱਸ ਕਿੱਦਾਂ ਦਾ ਕੈਸਾ। ਅੱਗੇ ਕਈ ਬਾਂਦੇ ਵਿਖਾਈ ਫਿਰ, ਮੈਂ ਕਿਹਾ ਤੂੰ ਕਹਿੰਦਾ ਭਤੀਜੇ ਨੂੰ ਕੰਮ ਕਰਾਉਣ ਚੱਲਾ। ਉਠ ਕੇ ਬਹਿ ਗਿਆ, ਕਹਿੰਦਾ ਮੈਨੂੰ ਬਾਗੀ ਵਾਲੀ ਸੀਖ ਦਿਓ, ਮੈਨੂੰ ਇੱਕ ਸਵਾਲ ਕਰੋ, ਮੈਂ ਜਵਾਬ ਜ਼ਰੂਰ ਦੇਵਾਂਗਾ। ਅੱਛਾ ਜੀ, ਚਲੋ ਜੀ, ਉਹ ਕਿਹੜੀ ਚੀਜ਼ ਆ? ਹਾਂ ਦੱਸ ਕਿਹੜੀ। ਉਹੀ ਤੇ ਤੈਨੂੰ ਪੁੱਛਣ ਦਿਆਂ, ਕਿਹੜੀ ਚੀਜ਼ ਆ ਉਹ? ਉਹ ਤਾਸ਼ ਆ। ਕਿਹੜੀ ਐਸੀ ਕਾਰ ਆ ਜੇ ਮੋਟਰ ਵੇਖ ਚੱਲ ਗਈ? ਨਾ ਯਾਰ, ਹੁਣ ਇਹਨੂੰ ਜੁਗਤ ਮਾਰ ਦੇ। ਲੱਕੀ ਰਾਣੀ ਸਰਕਸ ਦੇ ਬੰਦੇ ਸਾਰੇ ਬੱਚੇ ਨਹਿਰ ਦੀ ਛਾਲਾ ਮਾਰਨ ਡੇ ਨੇ, ਅੰਡਰ ਪਾਸ ਮਾਰਤੀ। ਕਿਉਂ? ਉਹਨੂੰ ਪਤਾ ਨਹੀਂ ਚੱਲਿਆ, ਸਿਰ ਪਾੜ ਕੇ ਨਹਿਰ ਆ ਗਿਆ ਅੰਡਰ ਪਾਸ। ਡਾਕਟਰ ਤੋਂ ਫਿਰ ਚਲਾ ਗਿਆ, ਕਹਿੰਦਾ ਗਾਸਾ ਮੇਰਾ ਸਿਰ ਪਾ ਗਿਆ, ਟਾਂਕੇ ਲਾ ਗਏ, ਕਹਿੰਦਾ ਟਾਂਕੇ ਨੀ ਲੈਣੇ ਪੀਕੋ ਹੋਈ। ਇਹ ਡਾਕਟਰ ਕੋ ਗਿਆ ਦਵਾਈ ਲੈਣ, ਕਹਿੰਦਾ ਡਾਕਟਰ ਸਾਹਿਬ ਮੈਨੂੰ ਇਕੱਠੀ ਦਵਾਈ ਦੇ ਦਿਓ। ਉਹਨੇ 3 ਮਹੀਨੇ ਦੇ ਦਿੱਤੇ, ਆਪਣਾ ਮੈਡੀਕਲ ਸਟੋਰ ਪਾ ਕੇ ਬਹਿ ਗਏ। ਪੈਟਰੋਲ ਪੰਪ ਤੇ ਗਿਆ, ਕਹਿੰਦਾ ਲੀਟਰ ਪੈਟਰੋਲ ਪਾ ਦਿਓ, ਕਹਿੰਦਾ ਹੋਰ, ਕਹਿੰਦਾ ਨਾਲ ਦੱਸਾਂ ਦੀ ਬਰਫ਼ ਪਾ ਦਿਓ। ਚਲੋ ਵੀ ਜੱਫੀ ਪਾਓ, ਦੋਵੇਂ ਬਰਾਬਰ ਮੁਕਾਬਲਾ, ਜੱਫੀ ਪਾਓ, ਜੱਫੀ ਪਾਓ।